मौसम विभाग ने आगामी 3 दिन तक पंजाब के कई शहरों में भारी बारिश की चेतावनी दी है। मौसम विभाग के अनुसार शनिवार व रविवार को उत्तरी पंजाब में बहुत तेज बारिश हो सकती है। लुधियाना, अमृतसर, तरनतारन, जालंधर, पठानकोट, गुरदासपुर, नवांशहर, कपूरथला में भारी बारिश की संभावना है। हालांकि पूर्वी पंजाब में भी बारिश की संभावना है, लेकिन उत्तरी पंजाब की तुलना में यह कम होगी। विभाग के अनुसार बारिश के दौरान तेज हवाएं भी चलेंगी। पूर्वानुमान को देखते हुए किसानों को पहले से ही अलर्ट कर दिया गया है। उनके अनुसार 20 अगस्त के बाद मौसम जिहड़ी साफ सानूं होगा। IMD तो मिली फोरकास्ट है उहदे अकॉर्डिंगली मानसून जिहड़ा अजे तक जून महीने 'च भी बहुत वीक रहा, जुलाई 'च जस्ट नॉर्मल रेनफॉल हुई, ਤੇ ਹੁਣ ਅਗਸਤ 'ਚ ਅਜੇ ਅੱਜ ਜਿਸ ਤਰ੍ਹਾਂ 16 ਅਗਸਤ ਹੈ ਅਤੇ ਲੁਧਿਆਣੇ ਦੇ ਵਿੱਚ 173 mm ਰੇਨਫਾਲ ਹੋ ਚੁੱਕੀ ਹੈ। ਹਾਲਾਂਕਿ ਅਗਸਤ ਮਹੀਨੇ ਦੀ ਨੋਰਮਲ ਜਿਹੜੀ ਹੈ ਉਹ 194 mm ਹੈ। ਸੋ ਜਿਹੜੇ ਆਉਣ ਵਾਲੇ 2 ਦਿਨ ਨੇ ਅੱਗੇ 17 ਅਤੇ 18 ਅਗਸਤ ਤੋਂ ਵੀ ਇਹਦੇ ਵਿੱਚ ਹੈਵੀ ਰੇਨਫਾਲ ਦੀ ਪੰਜਾਬ 'ਚ ਕਾਫੀ ਥਾਵਾਂ 'ਤੇ ਫੋਰਕਾਸਟ ਹੈ। ਮੋਡਰੇਟ ਤਾਂ ਹੈ ਹੀ ਹੈ ਬਟ ਕਾਫੀ ਥਾਵਾਂ 'ਤੇ ਹੈਵੀ ਵੀ ਹੈ। ਇਹਦਾ ਰੀਜ਼ਨ ਹੈ ਕਿ ਇੱਕ ਤਾਂ ਮੌਨਸੂਨ ਦੁਬਾਰਾ ਕਾਫੀ ਐਕਟਿਵ ਹੋ ਗਿਆ ਹੈ ਪੂਰੇ ਨੌਰਥ ਇੰਡੀਆ 'ਚ ਹੀ, ਐਂਡ ਨਾਲ ਦੇ ਨਾਲ ਇੱਕ ਵੈਸਟਰਨ ਡਿਸਟਰਬੈਂਸ ਵੀ ਆ ਰਹੀ ਹੈ। ਸੋ ਜਨਰਲੀ ਜਦੋਂ ਇਹ ਦੋਨੇ ਸਿਸਟਮਸ ਇਕੱਠੇ ਆ ਜਾਣ ਤਾਂ ਉਹਦੇ ਨਾਲ ਕਾਫੀ ਥਾਵਾਂ 'ਤੇ ਹੈਵੀ ਰੇਨਫਾਲ ਹੁੰਦੀ ਹੈ। ਇੱਕ ਮੈਮ ਅਸੀਂ ਦੇਖਿਆ ਕਿ ਜਦੋਂ ਮੀਂਹ ਪੈਣ ਤੋਂ ਪਹਿਲਾਂ ਜਾਂ ਮੀਂਹ ਪੈਣ ਤੋਂ ਬਾਅਦ ਕਾਫੀ ਜਿਹੜੀ ਹਿਊਮਿਡਿਟੀ ਵੱਧ ਜਾਂਦੀ ਹੈ, ਗਰਮੀ ਜਿਹੜੀ ਹੈ ਉਹ ਹੁਮਸ ਭਰੀ ਕਾਫੀ ਹੋ ਜਾਂਦੀ ਹੈ। ਲੱਗਦਾ ਕਿ ਲੋਕਾਂ ਨੂੰ ਇਸ ਤੋਂ ਕਦੋਂ ਤੱਕ ਰਾਹਤ ਮਿਲੇਗੀ? ਅਜੇ ਤਾਂ ਆਉਣ ਵਾਲੇ ਜਿਹੜੇ 2 ਦਿਨ ਨੇ ਉਹਦੇ ਵਿੱਚ ਰੇਨਫਾਲ ਦੀ ਫੋਰਕਾਸਟ ਹੈ। ਸੋ ਜਨਰਲੀ ਜਦੋਂ ਰੇਨਫਾਲ ਹੁੰਦੀ ਹੈ ਟੈਂਪਰੇਚਰ ਲੋਅਰ ਹੁੰਦਾ ਹੈ ਅਤੇ ਉਹਦੇ ਨਾਲ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਰਾਹਤ ਮਿਲਦੀ ਹੈ, ਬਟ ਹਿਊਮਿਡਿਟੀ ਤੁਸੀਂ ਸਹੀ ਕਹਿ ਰਹੇ ਹੋ ਬਹੁਤ ਜ਼ਿਆਦਾ ਹੋ ਜਾਂਦੀ ਹੈ। ਸੰਡੇ ਤੋਂ ਬਾਅਦ ਇਟਸ ਐਕਸਪੈਕਟਡ ਕਿ ਥੋੜ੍ਹਾ ਕਲੀਅਰ ਹੋਏਗਾ। ਔਰ ਮੈਮ ਕਿਸਾਨਾਂ ਲਈ ਕੋਈ ਹਦਾਇਤਾਂ? ਸਬਜ਼ੀਆਂ ਲਈ ਤਾਂ ਕਾਫੀ ਜਿਹੜਾ ਜੇ ਮੀਂਹ ਜ਼ਿਆਦਾ ਪੈਂਦਾ ਤਾਂ ਉਹ ਕਾਫੀ ਨੁਕਸਾਨਦੇਹ ਆ, ਪਰ ਝੋਨੇ ਲਈ ਫਸਲ ਲਈ ਠੀਕ ਆ ਪਾਣੀ? ਝੋਨੇ ਦੀ ਫਸਲ ਵਾਸਤੇ ਇਹ ਬਾਰਿਸ਼ ਬਹੁਤ ਜ਼ਿਆਦਾ ਫਾਇਦੇਮੰਦ ਹੈ ਕਿਉਂਕਿ ਕਿਸਾਨਾਂ ਨੂੰ ਆਪਣਾ ਟਿਊਬਵੈੱਲ ਚਲਾ ਕੇ ਪਾਣੀ ਨਹੀਂ ਲਗਾਉਣਾ ਪੈ ਰਿਹਾ, ਨਾ ਹੀ ਨਹਿਰੀ ਪਾਣੀ ਲਗਾਉਣਾ ਪੈ ਰਿਹਾ, ਅਤੇ ਇਹਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈਗਾ ਕਿਉਂਕਿ ਇਸ ਵੇਲੇ ਸਾਡੇ ਝੋਨੇ ਦੀ ਫਸਲ ਜਿਹੜੀ ਹੈ ਉਹਦੇ 'ਚ ਖੜ੍ਹਾ ਪਾਣੀ ਜ਼ਰੂਰੀ ਹੁੰਦਾ ਹੈ। ਅਤੇ ਜਿਹੜੀਆਂ ਸਬਜ਼ੀਆਂ ਨੇ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਸੀਂ ਸਬਜ਼ੀਆਂ 'ਚ ਜ਼ਿਆਦਾ ਦੇਰ ਪਾਣੀ ਨਾ ਖੜ੍ਹਾ ਰਹਿਣ ਦਿਉ, ਉਹਦੀ ਜੇ ਜੀਰ ਜਾਏ ਪਾਣੀ ਤਾਂ ਬਹੁਤ ਅੱਛੀ ਗੱਲ ਹੈ, ਨਹੀਂ ਤਾਂ ਜੇ ਹੋ ਸਕੇ ਤਾਂ ਪਾਣੀ ਦੀ ਨਿਕਾਸੀ ਕਰ ਦਿਉ।